ਜੀ ਸਤਿ ਸ਼੍ਰੀ ਅਕਾਲ ਤੇ ਨਾਲੇ ਜਿਹੜੀ ਤੁਹਾਡੀ ਹੁਣ ਡਿਊਟੀ ਬਣਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਇੱਦਾਂ ਉਂਗਲ ਮਾਰ ਕੇ ਨਾਲੇ ਬੈੱਲ ਆਈਕੋਨ ਬਣਿਆ ਹੋਇਆ ਘੰਟੀ ਜਿਹੀ ਉਹਦੇ 'ਤੇ ਵੀ ਮਾਰ ਦਿਓ ਕਿਉਂਕਿ ਜਦੋਂ ਕੋਈ ਨਵੀਂ ਚੀਜ਼ ਅਸੀਂ ਹੋਰ ਪਾਈ ਤਾਂ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜਾਊਗੀ ਸੋ ਕਰ ਲਓ ਸਬਸਕ੍ਰਾਈਬ ਜਲੰਧਰ ਪਠਾਨਕੋਟ ਚੌਂਕ ਦੇ ਕੋਲ ਰਿਕਸ਼ਾ ਸਵਾਰ ਮਾਂ ਬੇਟੀ ਤੋਂ ਮੋਟਰਸਾਈਕਲ ਸਵਾਰ ਦੋ ਲੁਟੇਰੇ ਪਰਸ ਖੋ ਕੇ ਫਰਾਰ ਹੋ ਗਏ ਜਿਨ੍ਹਾਂ ਨੂੰ ਲੋਕਾਂ ਨੇ ਪਿੱਛਾ ਕਰਕੇ ਲੰਮਾ ਪਿੰਡ ਜੰਡੂ ਸਿੰਘਾ ਰੋਡ ਤੋਂ ਫੜ ਲਿਆ ਅਤੇ ਖੂਬ ਕੁੱਟਮਾਰ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਜਦੋਂ ਕਿ ਦੋ ਲੁਟੇਰੇ ਦੌੜਨ ਵਿੱਚ ਕਾਮਯਾਬ ਹੋ ਗਏ ਇਸ ਪਰਸ ਵਿੱਚ 50,000 ਦੀ ਨਕਦੀ ਸੋਨੇ ਦੀ ਚੈਨ ਮੋਬਾਈਲ ਤੇ 2 ਸੋਨੇ ਦੀਆਂ ਮੁੰਦਰੀਆਂ ਸਨ ਇਸ ਮੌਕੇ ਤੇ SI ਮਾਧਵੀ ਕਲਿਆਣ ਅਤੇ ਪੀੜਤ ਮਹਿਲਾ ਦੇ ਭਰਾ ਨੇ ਕਿਹਾ ਇਹ ਜੀ ਮੇਰੇ ਦੀਦੀ ਨਾਲ ਖੋ ਹੋਈ ਆ ਦਸੂਏ ਤੋਂ ਆ ਰਹੇ ਸੀ ਜਲੰਧਰ ਨੂੰ ਮੈਂ ਉਸ ਟਾਈਮ ਰੈਸਟੋਰੈਂਟ ਸੀਗਾ ਮੇਰੇ ਨੂੰ ਫੋਨ ਆਇਆ ਕਿ ਮੈਨੂੰ ਲੈਣ ਆ ਜਾ ਮੈਂ ਕਿਹਾ ਮੈਂ ਕਿਤੇ ਲੇਟ ਹੋ ਜਾਣਾ ਤੁਸੀਂ ਰਿਕਸ਼ਾ ਕਰ ਲਓ ਉਹਨਾਂ ਨੇ ਰਿਕਸ਼ਾ ਕੀਤੀ ਉਸ ਤੋਂ ਬਾਅਦ ਚੌਂਕ ਟੱਪੇ ਹੁਣ ਆਪਣਾ ਕਿਹੜਾ ਪਠਾਨਕੋਟ ਬਾਈਪਾਸ ਚੌਂਕ ਟੱਪੇ ਆ ਜਨਤਾ ਹੋਸਪਿਟਲ ਦੇ ਕੋਲ ਜਿੱਦਾਂ ਹੀ ਪਹੁੰਚੇ ਆ ਅਤੇ ਇਹ ਭਾਅ ਜੀ ਉਹਨਾਂ ਦੀ ਦੁਕਾਨ ਦੇ ਮੂਹਰੇ ਆਫਿਸ ਦੇ ਮੂਹਰੇ ਉਹਨਾਂ ਨੇ ਪਰਸ ਖੋਇਆ ਉਹਨਾਂ ਕੋਲ ਫਿਰ ਭਾਅ ਜੀ ਹੁਣੀ ਉਹਨਾਂ ਦੇ ਮਗਰ ਦੌੜੇ ਆ ਬਾਈਕ ਦਾ ਨੰਬਰ ਨੋਟ ਕੀਤਾ ਫਿਰ ਅਸੀਂ ਜਿੰਨੇ ਮੌਕੇ 'ਤੇ ਮੈਂ ਮੇਰੇ ਯਾਰ ਦੋਸਤ ਸਾਰੇ ਅਸੀਂ ਉੱਥੇ ਪਹੁੰਚੇ ਹਾਂ ਅਤੇ ਉਹ ਨੰਬਰ ਉਹਦੇ ਉਹਨਾਂ ਦਾ ਪਿੱਛਾ ਕੀਤਾ ਬਾਈਕ ਵਾਲਿਆਂ ਦਾ ਫਿਰ ਉਹ ਫੜੇ ਗਏ ਮੁੰਡੇ ਇਤਲਾਹ ਮਿਲੀ ਸੀਗੀ ਕਿ ਦੋ ਲੁਟੇਰੇ ਇੱਕ ਲੇਡੀ ਦੇ ਕੋਲੋਂ ਪਰਸ ਖੋ ਕੇ ਭੱਜ ਗਏ ਨੇ ਸੋ ਅਸੀਂ ਮੌਕੇ 'ਤੇ ਗਏ ਤਾਂ ਉੱਥੋਂ ਪਤਾ ਚੱਲਿਆ ਕਿ ਉਹਨਾਂ ਨੂੰ ਪਬਲਿਕ ਨੇ ਜਿਹੜੇ ਦੋ ਵਿਅਕਤੀ ਫੜੇ ਨੇ ਉਹ ਹਰਦਿਆਲ ਨਗਰ ਆਰੇ ਦੇ ਕੋਲ ਉੱਥੇ ਜਾ ਕੇ ਦੇਖਿਆ ਤਾਂ ਸਾਨੂੰ ਪੁਲਿਸ ਨੂੰ ਜਿਹੜੀ ਹੈਗੀ ਆ ਆਰੇ ਦੇ ਕੋਲੋਂ ਪਰਸ ਬਰਾਮਦ ਹੋ ਗਿਆ ਅਤੇ ਮੋਬਾਈਲ ਬਰਾਮਦ ਹੋ ਗਿਆ ਲੇਕਿਨ ਜਿਨ੍ਹਾਂ ਨੇ ਖੋਹ ਕੀਤੀ ਸੀ ਉਹ ਵਿਅਕਤੀ ਉੱਥੋਂ ਭੱਜ ਗਏ ਨੇ ਅਤੇ ਦੂਸਰੇ ਜਿਨ੍ਹਾਂ ਦੇ ਕੋਲ ਫੜਾ ਕੇ ਗਏ ਸੀ ਉਹ ਪੁਲਿਸ ਨੇ ਫੜ ਲਏ ਨੇ ਅਤੇ ਠੀਕ ਹੈ ਜਿਹੜੇ ਦੂਜੇ ਵਿਅਕਤੀ ਨੇ ਉਹਨਾਂ ਨੂੰ ਅਸੀਂ ਜਲਦ ਤੋਂ ਜਲਦ ਗ੍ਰਿਫਤਾਰ ਕਰ ਲਿਆ ਜੇਕਰ ਸੱਚ ਬੋਲਣਾ ਸੱਚ ਲਿਖਣਾ ਬਗਾਵਤ ਹੈ ਤਾਂ ਸਮਝੋ ਅਸੀਂ ਬਾਗੀ ਹਾਂ ਸੱਚ ਅਤੇ ਹੱਕ ਦੀ ਆਵਾਜ਼ ਦੁਨੀਆ ਦੇ ਹਰ ਕੋਨੇ ਕੋਨੇ ਦੀ ਗੱਲ ਪੰਜਾਬ TV ਕਰੇਗਾ ਸੱਚ ਦਾ ਖੁਲਾਸਾ ਤੁਸੀਂ ਦੇਖਦੇ ਰਹੋ ਪੰਜਾਬ TV ਸੱਚ ਅਤੇ ਹੱਕ ਦੀ ਆਵਾਜ਼